ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਰੇਦਾਰ ਚੈਨਲ ਦੇਖ ਰਹੇ ਦਰਸ਼ਕਾਂ ਦਾ ਮੈਂ ਰੀਨਾ ਰੱਤੂ ਸਵਾਗਤ ਕਰਦੀ ਹਾਂ ਹਾਜ਼ਰਾਂ ਤੁਹਾਡੇ ਲਈ ਅੱਜ ਦਾ ਮੁੱਦਾ ਪ੍ਰੋਗਰਾਮ ਲੈ ਕੇ। ਸਾਡਾ ਅੱਜ ਦਾ ਮੁੱਦਾ ਹੈ, ਇਸ ਬਾਰੇ ਪੰਜਾਬ ਦੀ ਬਾਦਲ ਸਰਕਾਰ NRI ਸੰਮੇਲਨ ਕਰਵਾਉਣ ਤੋਂ ਭੱਜ ਗਈ ਹੈ। ਸਾਡਾ ਅੱਜ ਦਾ ਮੁੱਦਾ ਇਸੇ ਸੰਬੰਧੀ। ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ ਪਹਿਰੇਦਾਰ ਦੇ ਮੁੱਖ ਸੰਪਾਦਕ ਸਰਦਾਰ ਜਸਪਾਲ ਸਿੰਘ ਹੇਰਾਂ ਜੀ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਕੀ ਸਮਝਦੇ ਹੋ ਕਿ ਬਾਦਲਾਂ ਨੇ ਜਿਸ ਤਰ੍ਹਾਂ NRI ਸੰਮੇਲਨ ਕਰਵਾਉਣ ਤੋਂ ਆਪਣਾ ਖਹਿੜਾ ਛੁਡਾਇਆ ਹੈ ਤੇ ਇਸ ਵਾਰ ਉਹਨਾਂ ਨੂੰ NRI ਸੰਮੇਲਨ ਦੀ ਯਾਦ ਵੀ ਨਹੀਂ ਆਈ, ਇਸ ਦੇ ਪਿੱਛੇ ਕੀ ਕਾਰਨ ਹੋ ਸਕਦੇ ਹਨ? ਦੇਖੋ ਬੀਬਾ, ਜਿੱਥੋਂ ਤੱਕ NRI ਤੇ ਬਾਦਲਾਂ ਦੇ ਸੰਬੰਧ ਦੀ ਗੱਲ ਹੈ, ਹਾਂਜੀ, ਉਸ ਬਾਰੇ ਆਪਾਂ ਭਲੀ ਭਾਂਤ ਇਹ ਗੱਲ ਜਾਣਦੇ ਹਾਂ, ਇਹ ਗੱਲ ਸਾਬਤ ਵੀ ਹੋ ਚੁੱਕੀ ਆ। ਵਿਦੇਸ਼ਾਂ ਦੀ ਧਰਤੀ 'ਤੇ ਬੈਠੇ ਸਿੱਖਾਂ ਨੇ ਇਸ ਗੱਲ ਨੂੰ ਸਾਬਤ ਵੀ ਕਰ ਦਿੱਤਾ ਕਿ ਉਹ ਬਾਦਲ ਕਿਆਂ ਨੂੰ ਕੌਮ ਦੇ ਦੁਸ਼ਮਣ, ਕੌਮ ਦੇ ਗਦਾਰ ਸਮਝਦਿਆਂ ਹੋਇਆਂ ਉਹਨਾਂ ਨਾਲ ਨਫ਼ਰਤ ਕਰ ਰਹੇ ਨੇ। ਹਾਂਜੀ, ਸੋ ਬਾਦਲ ਦੇ ਜਿਹੜੇ ਮੰਤਰੀ ਸੰਤਰੀ ਵਿਦੇਸ਼ਾਂ 'ਚ ਗਏ, ਉਹਨਾਂ ਦੇ ਨਾਲ ਜਿਸ ਤਰ੍ਹਾਂ ਦਾ NRI ਨੇ ਬਿਹੇਵ ਕੀਤਾ, ਆਪੋ ਆਪਣੇ ਜਿਹੜੇ ਜਿਹੜੇ ਮੁਲਕ 'ਚ ਗਏ ਉੱਥੋਂ ਬੈਠੇ ਜਿਹੜੇ ਉਸ ਦੇਸ਼ 'ਚ ਬੈਠੇ ਸਾਡੇ ਸਿੱਖ ਵੀਰ ਭੈਣ ਭਰਾ ਸੀ, ਉਹਨਾਂ ਨੇ ਜਿਸ ਤਰ੍ਹਾਂ ਦਾ ਉਹਨਾਂ ਦੇ ਨਾਲ ਬਿਹੇਵ ਕੀਤਾ, ਉਹ ਬਾਦਲਾਂ ਨੂੰ ਹਾਲੇ ਤੱਕ ਨਹੀਂ ਭੁੱਲਿਆ। ਹਾਂਜੀ, ਦੂਸਰੀ ਗੱਲ ਇਹ ਕਿ ਸੋਸ਼ਲ ਮੀਡੀਆ ਰਾਹੀਂ ਵਿਦੇਸ਼ਾਂ 'ਚ ਬੈਠੇ ਸਿੱਖ ਜਿਸ ਤਰ੍ਹਾਂ ਬਾਦਲ ਸਰਕਾਰ ਸਿੱਖੀ ਦੀਆਂ ਰਵਾਇਤਾਂ, ਪਰੰਪਰਾਵਾਂ, ਸਿਧਾਂਤਾਂ, ਸਿੱਖ ਸੰਸਥਾਵਾਂ ਦਾ ਘਾਣ ਕਰ ਰਹੀ ਆ, ਉਹਦੇ ਵਿਰੁੱਧ ਉਹ ਡਟਵਾਂ ਮਤਲਬ ਜਵਾਬ ਦੇ ਰਹੇ ਨੇ ਉਹਨੂੰ ਵੇਖਦਿਆਂ ਹੋਇਆਂ। ਸੋ ਜਿਵੇਂ ਮੈਂ ਵਾਰ ਵਾਰ ਗੱਲ ਕਰਦਾ ਕਿ ਇਸ ਵੇਲੇ ਬਾਦਲਾਂ ਨੂੰ ਆਪਣੇ ਸਭ ਤੋਂ ਵੱਡੇ ਦੁਸ਼ਮਣ ਵਿਦੇਸ਼ਾਂ 'ਚ ਬੈਠੇ ਜਿਉਂਦੀ ਜ਼ਮੀਰ ਵਾਲੇ ਸਿੱਖ ਅਤੇ ਦੂਸਰਾ ਸੋਸ਼ਲ ਮੀਡੀਆ, ਉਹਨੂੰ ਇਸ ਵੇਲੇ ਸਭ ਤੋਂ ਵੱਡੇ ਦੁਸ਼ਮਣ ਆਪਣੇ ਇਹ ਦੋ ਧਿਰਾਂ ਨੇ ਜਿਹੜੀਆਂ ਉਹ ਦਿਖਾਈ ਦੇ ਰਹੀਆਂ ਨੇ। ਸੋ ਬਾਦਲਾਂ ਨੇ ਇਹ ਜਿਹੜਾ NRI ਸੰਮੇਲਨ ਉਹ ਹਰ ਸਾਲ ਬੜਾ ਹੁੱਬ ਕੇ ਕਰਾਉਂਦੇ ਸੀ, ਖਾਸ ਕਰਕੇ ਮਜੀਠੀਆ ਇਹਦਾ ਆਗੂ ਬਣਦਾ ਸੀ, ਪਰੰਤੂ ਇਸ ਵਾਰ ਹਾਲੇ ਤੱਕ ਕਿਸੇ ਨੇ ਉਹਦਾ ਨਾਂ ਤੱਕ ਨਹੀਂ ਲਿਆ ਕਿ NRI ਸੰਮੇਲਨ ਆ ਜਿਹੜਾ ਉਹ ਕਰਵਾਉਣਾ, ਉਹਦੇ ਬਾਰੇ ਮੀਟਿੰਗ ਕਰਨੀ ਆ, ਜਾਂ ਕਿਉਂਕਿ ਇਸ ਬਾਰੇ ਘੱਟੋ ਘੱਟ 2 ਮਹੀਨੇ ਪਹਿਲਾਂ ਤਿਆਰੀਆਂ, ਉਹਦੀਆਂ ਤਰੀਕਾਂ, ਉਹਦੇ ਬਾਰੇ ਮੀਟਿੰਗਾਂ ਨੇ ਜਿਹੜੀਆਂ ਉਹ ਸ਼ੁਰੂ ਹੋ ਜਾਂਦੀਆਂ ਸੀ, ਪਰੰਤੂ ਹੁਣ ਸਾਲ ਆ ਜਿਹੜਾ ਉਹ ਖਤਮ ਹੋਣ ਵੱਲ ਤੁਰ ਪਿਆ, ਅੱਜ 4 ਦਸੰਬਰ ਆ ਜਿਹੜਾ ਹੋ ਚੁੱਕਾ। ਸੋ ਇਸ ਤੋਂ ਬਿਲਕੁਲ ਸਾਫ਼ ਹੋ ਗਿਆ ਕਿ ਇਸ ਵਾਰ ਬਾਦਲ ਕੇ ਨੇ ਜਿਹੜੇ ਉਹ NRI ਸੰਮੇਲਨ ਆ ਜਿਹੜਾ ਉਹ ਉਹਨੂੰ ਨਹੀਂ ਕਰਵਾਉਣਗੇ, ਕਿਉਂਕਿ ਉਹਨਾਂ ਨੂੰ ਲੱਗਦਾ ਕਿ ਜਦੋਂ NRI ਸੰਮੇਲਨ ਅਸੀਂ ਕਰਾਵਾਂਗੇ ਅਤੇ ਉਸ NRI ਸੰਮੇਲਨ ਦੇ ਵਿੱਚ ਜੇ ਕੋਈ ਭਾਗ ਲੈਣ ਵਾਲਾ ਨਾ ਆਇਆ ਫਿਰ, ਅਤੇ ਜਿਹੜੇ ਬਾਈ ਚਾਂਸ ਉਹਨਾਂ ਦੇ ਕੁਝ ਚਾਪਲੂਸ ਲੋਕ ਆ ਵੀ ਜਾਂਦੇ ਨੇ ਅਤੇ ਉਹਨਾਂ ਦੇ ਨਾਲ ਵਾਪਸ ਜਦੋਂ ਮੁੜਨਗੇ ਆਪੋ ਆਪਣੇ ਜਿੱਥੇ ਜਿੱਥੇ ਜਿਹੜੇ ਜਿਹੜੇ ਦੇਸ਼ਾਂ 'ਚ ਉਹ ਰਹਿੰਦੇ ਨੇ, ਉੱਥੇ ਜਿਹੜੀ ਕੁੱਤੇ ਖਾਣੀ ਹੋਣੀ ਆ ਉਹਦਾ ਪ੍ਰਭਾਵ। ਸੋ ਇਹ ਦੋਨੇ ਗੱਲਾਂ ਦੇਖ ਕੇ ਅਸੀਂ ਜੇ ਗੱਲ ਕਰੀਏ ਕਿ ਬਾਦਲ ਕਿਆਂ ਨੇ ਮਤਲਬ ਉਹ ਕਹਾਵਤ ਉਹਨਾਂ ਨੂੰ ਯਾਦ ਆ ਕਿ ਆਹ ਬੈਲ ਮੁਝੇ ਮਾਰ ਵਾਲੀ ਗੱਲ ਉਹਨਾਂ ਨੇ ਨਹੀਂ ਕੀਤੀ, ਉਹਨਾਂ ਨੂੰ ਲੱਗਿਆ ਕਿ ਜੇ ਅਸੀਂ NRI ਸੰਮੇਲਨ ਸੱਦਦੇ ਹਾਂ ਤਾਂ ਉਹਦੇ ਲਈ ਸਾਡੇ ਲਈ ਮੁਸੀਬਤਾਂ ਨੇ ਜਿਹੜੀਆਂ ਉਹ ਵਧਣਗੀਆਂ, ਘਟਣੀਆਂ ਨੇ, ਕਿਉਂਕਿ ਸਦਭਾਵਨਾ ਵਾਲੀ ਜਿਹੜੀ ਗੱਲ ਹੈ ਉਹ ਬਾਦਲ ਕੇ ਉਸ ਪਾਸੇ ਤਾਂ ਤੁਰੇ ਨਹੀਂ, ਉਹਨਾਂ ਨੇ ਜਿੰਨੇ ਆ ਸਾਡੇ ਸਾਹਮਣੇ ਇਸ ਵੇਲੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਤਲਬ ਨਰਾਦਰੀ ਤੋਂ ਲੈ ਕੇ ਜਿਹੜੇ ਸਿੰਘ ਸ਼ਹੀਦ ਹੋਏ ਆ ਉੱਥੋਂ ਤੱਕ, ਅਤੇ ਉਸ ਤੋਂ ਬਾਅਦ ਸਰਬੱਤ ਖਾਲਸਾ, ਉਸ ਤੋਂ ਬਾਅਦ ਜਿਹੜੀ ਰੋਜ਼ਾਨਾ ਗ੍ਰਿਫਤਾਰੀਆਂ ਹੋ ਰਹੀਆਂ ਨੇ ਸਿੱਖਾਂ ਦੀਆਂ, ਅਤੇ ਜਿਹੜੀ ਪੰਜਾਬ ਦੇ ਵਿੱਚ ਅਣਐਲਾਨੀ ਐਮਰਜੈਂਸੀ ਲੱਗੀ ਹੈ, ਇਹ ਸਾਰੇ ਹਾਲਾਤਾਂ ਨੂੰ ਦੇਖਦਿਆਂ ਹੋਇਆਂ ਬਾਦਲ ਕਿਆਂ ਨੂੰ ਇਹ ਗੱਲ ਭਲੀ ਭਾਂਤ ਪਤਾ ਕਿ ਜੇ ਅਸੀਂ NRI ਸੰਮੇਲਨ ਕਰਦੇ ਹਾਂ, ਪਹਿਲੀ ਗੱਲ ਤਾਂ ਉਹਦੇ ਵਿੱਚ
ਕਿਸੇ ਵੀ ਮਤਲਬ ਜਿਉਂਦੀ ਜਾਗਦੀ ਜ਼ਮੀਰ ਵਾਲੇ ਸਿੱਖ ਨੇ ਸ਼ਾਮਲ ਨਹੀਂ ਹੋਣਾ। ਬਿਲਕੁਲ, ਇਹ ਕੋਈ ਸਦਭਾਵਨਾ ਰੈਲੀ ਤਾਂ ਹੈ ਨਹੀਂ ਕਿ ਜਿੱਥੇ ਨਰੇਗਾ ਵਾਲੇ ਇਕੱਠੇ ਕਰਕੇ ਲੈ ਜਾਣਗੇ। ਬਿਲਕੁਲ ਠੀਕ ਹੈ ਕਿ ਇਹ ਇਸ ਰੈਲੀ ਦੇ ਵਿੱਚ ਉਹ ਨਰੇਗਾ ਵਾਲੇ ਮਜ਼ਦੂਰ ਜਾਂ ਆਪਣੇ ਚਾਪਲੂਸ ਤੋਂ ਇਕੱਠੇ ਨਹੀਂ ਕਰ ਸਕਦੇ, ਇਹਦੇ ਵਿੱਚ ਉਹਨਾਂ ਨੇ ਜਿਹੜੇ NRI ਜਿਨ੍ਹਾਂ ਦਾ ਆਪੋ ਆਪਣੇ ਕਿਸੇ ਖੇਤਰ 'ਚ ਨਾਮ ਹੈ ਉਹਨਾਂ NRI ਨੂੰ ਬੁਲਾਉਣਾ ਹੁੰਦਾ। ਸੋ ਉਹਨਾਂ 'ਚੋਂ ਜਿਉਂਦੀ ਜਾਗਦੀ ਜ਼ਮੀਰ ਵਾਲੇ ਆ ਜਿਹੜੇ, ਉਹ ਪਹਿਲੀ ਗੱਲ ਤਾਂ ਇਸ ਸੰਮੇਲਨ ਵਿੱਚ ਆਉਣਗੇ ਨਹੀਂ, ਹਾਂਜੀ, ਦੂਸਰੀ ਗੱਲ ਬਾਈ ਚਾਂਸ ਉਹ ਆ ਜਾਂਦੇ ਨੇ ਤੇ ਉਹਨਾਂ ਨੇ ਜੇ ਸੱਚ ਦਾ ਤੇ ਪਹਿਰਾ ਦਿੰਦਿਆਂ ਹੋਇਆ, ਸੱਚ ਤੇ ਪਹਿਰਾ ਦਿੰਦਿਆਂ ਹੋਇਆ ਉਹ ਸਵਾਲ ਬਾਦਲਾਂ ਨੂੰ ਪੁੱਛ ਲਏ ਕਿ ਇਹਨਾਂ ਸਵਾਲਾਂ ਦੇ ਪਹਿਲਾਂ ਸਾਨੂੰ ਜਵਾਬ ਦਿਓ, ਤੇ ਉਹਨਾਂ ਦਾ ਜਵਾਬ ਬਾਦਲਾਂ ਕੋਲ ਕੋਈ ਨਹੀਂ ਹੋਣਾ। ਸੋ ਇਸ ਲਈ ਮੈਨੂੰ ਲੱਗਦਾ ਕਿ ਬਾਦਲਾਂ ਨੇ ਇਸ ਵਾਰ ਜਿਹੜਾ NRI ਸੰਮੇਲਨ ਆ ਆਪਣੀ ਇੱਜ਼ਤ ਨੂੰ ਬਚਾਉਣ ਲਈ ਉਹਨਾਂ ਨੇ ਉਹਨੂੰ ਠੰਡੇ ਬਸਤੇ 'ਚ ਪਾਤਾ। ਸੋ ਇਹ ਮੈਨੂੰ ਲੱਗਦਾ ਕਿ ਮੁੱਖ ਰੂਪ ਦੇ ਵਿੱਚ ਉਹਨਾਂ ਦੇ ਮਨ ਦੇ ਵਿੱਚ ਜਿਹੜਾ ਇੱਕ ਡਰ ਬੈਠਿਆ ਹੋਇਆ ਬਾਦਲਕਾਂ ਦੇ, ਸੱਚ ਦਾ ਸਾਹਮਣਾ ਕਰਨ ਦਾ ਡਰ ਆ, ਸੱਚ ਦਾ ਉਹ ਸਾਹਮਣਾ ਨਹੀਂ ਕਰ ਸਕਦੇ, ਅਤੇ ਅੱਜ ਉਹਨਾਂ ਨੂੰ ਲੱਗਦਾ ਕਿ ਜੇ ਸਭ ਤੋਂ ਵੱਧ ਕੋਈ ਸੱਚ ਬੋਲ ਰਿਹਾ ਤਾਂ ਉਹ NRI ਨੇ। ਸੋ ਇਸ ਕਾਰਨ ਉਹਨਾਂ ਨੇ ਉਹ ਸੰਮੇਲਨ ਨੂੰ ਠੰਡੇ ਬਸਤੇ 'ਚ ਪਾਤਾ। ਭਾਵੇਂ ਕਿ ਅਸੀਂ ਤੁਹਾਡੀ ਇਸ ਗੱਲ ਦੇ ਨਾਲ ਸਹਿਮਤ ਹਾਂ ਕਿ ਉਹਨਾਂ ਨੇ NRI ਸੰਮੇਲਨ ਰੱਦ ਕਰਕੇ ਕਿਤੇ ਨਾ ਕਿਤੇ ਸਿਆਣਪ ਵਰਤੀ ਹੈ, ਪਰੰਤੂ ਇਸ ਤਰ੍ਹਾਂ NRI ਵੀਰਾਂ ਦੇ ਨਾਲ ਦੂਰੀ ਵਧਾ ਕੇ ਉਹ ਆਪਣੇ ਪੈਰਾਂ 'ਤੇ ਕੁਹਾੜਾ ਨਹੀਂ ਮਾਰ ਰਹੇ। ਦੇਖੋ ਇਹ ਗੱਲ ਤਾਂ ਹੈ ਕਿ ਇਸ ਵੇਲੇ ਜਿਹੜੀ ਮੈਂ ਪਹਿਲੀ ਵੀ ਗੱਲ ਕੀਤੀ ਹੈ ਕਿ ਇਸ ਵੇਲੇ ਜਿਹੜੇ ਸਾਡੇ ਵਿਦੇਸ਼ਾਂ 'ਚ ਬੈਠੇ ਸਿੱਖ ਨੇ ਉਹਨਾਂ ਦੀ ਜਿਹੜੀ ਗਿਣਤੀ ਆ ਉਹ ਬੇਹੱਦ ਪ੍ਰਭਾਵ ਆ, 90 ਲੱਖ ਦੇ ਕਰੀਬ ਉਹਨਾਂ ਦੀ ਗਿਣਤੀ ਆ, ਅਤੇ ਉਹਨਾਂ ਦੇ ਜਿਹੜੇ ਪਰਿਵਾਰ ਪੰਜਾਬ ਦੇ ਵਿੱਚ ਰਹਿ ਰਹੇ ਨੇ ਉਹਨਾਂ ਦੇ ਸੱਜਣ ਮਿੱਤਰ ਸਹਿਯੋਗੀ ਜਮਾਤੀ ਹੋਰ ਮਤਲਬ ਜਿਹੜੇ ਉਹ ਸਾਰੇ ਜਿਹੜੇ ਪੰਜਾਬ 'ਚ ਰਹਿ ਰਹੇ ਨੇ ਉਹ ਉਹਨਾਂ ਦੇ ਪ੍ਰਭਾਵ 'ਚ ਨੇ, ਕਿਉਂਕਿ ਪੰਜਾਬ ਦੀ ਧਰਤੀ 'ਤੇ ਜਿਹੜੇ ਬੈਠੇ ਪੰਜਾਬੀ ਨੇ ਉਹ ਜਿਹੜੇ ਵਿਦੇਸ਼ਾਂ 'ਚ ਬੈਠੇ ਪੰਜਾਬੀ ਨੇ ਉਹਨਾਂ ਦਾ ਪ੍ਰਭਾਵ ਆ ਜਿਹੜਾ ਉਹ ਵੱਧ ਕਬੂਲਦੇ ਨੇ, ਕਿਉਂਕਿ ਉਹਨਾਂ ਨੂੰ ਲੱਗਦਾ ਕਿ ਜਿਹੜੇ ਵਿਦੇਸ਼ਾਂ ਦੀ ਧਰਤੀ 'ਤੇ ਬੈਠੇ ਸਿੱਖ ਆ ਜਾਂ ਪੰਜਾਬੀ ਆ ਉਹ ਕਿਉਂਕਿ ਦੁਨੀਆਂ ਦਾ ਸਾਹਮਣਾ ਕਰ ਰਹੇ ਨੇ, ਦੁਨੀਆਂ ਦੇ ਹਾਲਾਤਾਂ ਦਾ ਸਾਹਮਣਾ ਕਰ ਰਹੇ ਨੇ, ਇਸ ਕਰਕੇ ਉਹਨਾਂ ਦਾ ਗਿਆਨ ਆ ਜਿਹੜਾ ਉਹ ਸਾਡੇ ਨਾਲੋਂ ਵੱਧ ਆ। ਇਹ ਇੱਕ ਅਹਿਸਾਸ ਪੈਦਾ ਹੋਇਆ ਹੋਇਆ ਕਿ ਜਿਹੜਾ ਵਿਦੇਸ਼ਾਂ ਦੀ ਧਰਤੀ 'ਤੇ ਬੈਠੇ ਸਿੱਖ ਨੇ ਜਾਂ ਪੰਜਾਬੀ ਨੇ ਉਹਨਾਂ ਦੇ ਜਿਹੜੇ ਉਹ ਆਏ ਦਿਨ ਜਿਨ੍ਹਾਂ ਹਾਲਾਤਾਂ ਦਾ ਸਾਹਮਣਾ ਕਰਦੇ ਨੇ, ਜੇ ਜਿਹੜੇ ਜਿਹੜੇ ਮੁਲਕਾਂ 'ਚ ਰਹਿੰਦੇ ਨੇ ਉੱਥੋਂ ਦੇ ਹਿਸਾਬ ਦੇ ਨਾਲ ਉਹਨਾਂ ਦਾ ਸਾਡੇ ਨਾਲੋਂ ਗਿਆਨ ਅਤੇ ਤਜਰਬਾ ਜਿਹੜਾ ਉਹ ਵੱਧਦਾ। ਇਸ ਕਾਰਨ ਜਦੋਂ ਕੋਈ ਸੁਨੇਹਾ ਵਿਦੇਸ਼ਾਂ ਦੀ ਧਰਤੀ ਤੋਂ ਪੰਜਾਬ ਦੇ ਲੋਕਾਂ ਨੂੰ ਆਉਂਦਾ, ਪੰਜਾਬ ਦੇ ਲੋਕ ਉਸ ਸੁਨੇਹੇ ਨੂੰ ਗੰਭੀਰਤਾ ਨਾਲ ਲੈਂਦੇ ਨੇ, ਇਹ ਗੱਲ ਬਹੁਤ ਵਾਰ ਸਾਬਤ ਹੋ ਚੁੱਕੀ ਆ। ਸੋ ਜਿਹੜੀ ਗੱਲ ਤੁਸੀਂ ਕੀਤੀ ਆ ਕਿ ਬਾਦਲ ਕਿਆਂ ਨੇ ਬਜਾਏ ਇਸ ਗੱਲ ਦੇ ਕਿ ਜਿਹੜੇ NRI-ਆਂ ਦੇ ਗਿਲੇ ਨੇ ਸ਼ਿਕਵੇ ਨੇ ਉਹਨਾਂ ਨੂੰ ਜਿਹੜਾ ਬਾਦਲਾਂ 'ਤੇ ਜਿਹੜਾ ਮਤਲਬ ਜਿਹੜੀਆਂ ਜਿਹੜੀਆਂ ਸਮੱਸਿਆਵਾਂ ਨੂੰ ਲੈ ਕੇ ਰੋਸ ਅਤੇ ਰੋਹ ਆ, ਬਜਾਏ ਇਸ ਗੱਲ ਦੀ ਕਿ ਉਹਨਾਂ ਨੂੰ ਉਹ ਦੂਰ ਕਰਨ ਵੱਲ ਤੁਰਦੇ, ਉਹਨਾਂ ਨਾਲ ਮਿਲ ਬੈਠ ਕੇ ਉਹਨਾਂ ਦਾ ਗੁੱਸਾ ਜਿਹੜਾ, ਭਾਵੇਂ ਕਿ ਗੁੱਸਾ ਹੈ ਜਿਹੜਾ ਉਹ ਤਾਂ ਸਾਡੇ ਸਾਹਮਣੇ ਆ ਕੇ ਕਿਹੜੀਆਂ ਕਿਹੜੀਆਂ ਗੱਲਾਂ ਨੂੰ ਲੈ ਕੇ ਆ। ਸੋ ਬਾਦਲ ਕਿਆਂ ਨੇ ਬਜਾਏ ਉਸ ਪਾਸੇ ਕਦਮ ਪੁੱਟਣ ਦੇ ਉਹਨਾਂ ਨਾਲੋਂ ਦੂਰੀ ਵਧਾਉਣ ਦੀ ਗੱਲ ਕਰਤੀ, ਸੋਸ਼ਲ ਮੀਡੀਆ ਨੂੰ ਡਰਾਉਣ ਲਈ ਉਹਨਾਂ ਦੇ ਜਿਹੜੇ ਰਿਸ਼ਤੇਦਾਰ ਨੇ ਇਸ ਪੰਜਾਬ ਦੀ ਧਰਤੀ 'ਤੇ ਬੈਠਿਆ ਉਹਨਾਂ ਨੂੰ ਗ੍ਰਿਫਤਾਰ ਕਰਨਾ ਸ਼ੁਰੂ ਕਰਤਾ। ਸੋ ਇਸੇ ਹੀ ਤਰ੍ਹਾਂ ਜਿਹੜਾ ਕੋਈ ਸੋਸ਼ਲ ਮੀਡੀਆ ਚਲਾਉਣ ਵਾਲਾ ਵਿਅਕਤੀ ਕੋਈ ਪੰਜਾਬ ਦੀ ਧਰਤੀ 'ਤੇ ਆਉਂਦਾ ਉਹਨੂੰ ਗ੍ਰਿਫਤਾਰ ਕਰ ਲਿਆ, ਉਹਨਾਂ 'ਤੇ ਝੂਠੇ ਮੁਕਦਮੇ ਪਾਤੇ, ਮਤਲਬ ਦੂਰੀ ਅਤੇ ਕੜੱਤਣ ਆ ਜਿਹੜੀ ਉਹ ਨਿਰੰਤਰ ਵਧਾ ਰਹੇ ਨੇ। ਸੋ ਇਹ NRI ਸੰਮੇਲਨ ਜਿਹੜਾ ਇੱਕ ਕੜੀ ਆ, ਸਰਕਾਰ ਅਤੇ NRI ਦੇ ਵਿਚਕਾਰ ਇੱਕ ਕੜੀ ਆ, ਉਸ ਕੜੀ ਨੂੰ ਵੀ ਬਾਦਲ ਕਿਆਂ ਨੇ ਤੋੜਤਾ। ਸੋ ਕੁਦਰਤੀ ਗੱਲ ਹੈ ਕਿ ਜਦੋਂ ਤੁਸੀਂ ਆਪਣੀਆਂ ਬਾਹਾਂ ਤੋੜਦੇ ਹੋ ਤਾਂ ਤੁਸੀਂ ਕਮਜ਼ੋਰ ਹੋਵੋਗੇ, ਇਹ ਤਾਂ ਕੁਦਰਤ ਦਾ ਵਿਧਾਨ ਆ, ਕੁਦਰਤ ਦਾ ਨਿਯਮ ਆ। ਸੋ ਬਾਦਲ ਕਿਆਂ ਨੇ ਬਿਨਾਂ ਸ਼ੱਕ ਜਿਹੜੀ ਤੁਸੀਂ ਗੱਲ ਕੀਤੀ ਆ ਕਿ ਜਿੰਨੀ ਉਹ NRI ਦੇ ਨਾਲ ਦੂਰੀ ਵਧਾ ਰਹੇ ਨੇ, ਕੜੱਤਣ ਵਧਾ ਰਹੇ ਨੇ, ਉਹ ਬਿਨਾਂ ਸ਼ੱਕ ਆਪਣੇ ਪੈਰਾਂ 'ਤੇ ਕੁਹਾੜਾ ਮਾਰ ਰਹੇ ਨੇ, ਜਿਨ੍ਹਾਂ ਦਾ ਜਿਸ ਦਾ ਉਹਨਾਂ ਨੂੰ ਖਮਿਆਜ਼ਾ ਵੀ, ਜਿਸ ਦੀ ਤਕਲੀਫ਼ ਵੀ, ਜਿਸ ਦੀ ਚੀਸ ਵੀ, ਜਿਸ ਦੀ ਪੀੜ ਵੀ ਉਹਨਾਂ ਨੂੰ 2017 'ਚ ਭੁਗਤਣੀ ਪੈਣੀ ਆ, ਇਹਦੇ ਵਿੱਚ ਕੋਈ
ਮਤਲਬ ਦੋ ਰਹਿਣ ਦੇ ਪੰਜਾਬ ਸਰਕਾਰ ਚਾਹੇ ਉਹ ਕਿਸੇ ਵੀ ਧਿਰ ਨਾਲ ਸੰਬੰਧਿਤ ਹੈ, ਜਦੋਂ ਵਿਦੇਸ਼ਾਂ ਦੀ ਧਰਤੀ ਤੇ ਬੈਠੇ ਪੰਜਾਬੀਆਂ ਦੇ ਨਾਲ ਦੂਰੀ ਪੈਦਾ ਕਰਦੀ ਹੈ, ਉਹ ਪੰਜਾਬ 'ਚ ਕਿੰਨੀ ਕੁ ਮੰਦਭਾਗੀ ਸਾਬਤ ਹੁੰਦੀ ਹੈ? ਕਿਉਂਕਿ ਜਿਸ ਤਰ੍ਹਾਂ ਇਸ ਵੇਲੇ ਪੰਜਾਬ ਦੀ ਆਰਥਿਕ ਜਿਹੜੀ ਵਿਵਸਥਾ ਹੈ, ਆਰਥਿਕ ਹਾਲਤ ਆ, ਉਹ ਇੰਨੀ ਡਾਵਾਂਡੋਲ ਹੋ ਚੁੱਕੀ ਆ, ਪੰਜਾਬ ਆ ਜਿਹੜਾ ਉਹ ਦਿਵਾਲੀਆਪਨ ਦੇ ਕੰਢੇ 'ਤੇ ਖੜ੍ਹਾ। ਹਾਂਜੀ, ਤੂੰ ਕਹਿ ਦੇਣਾ ਸੌਖਾ ਕਿ 225,000 ਕਰੋੜ ਰੁਪਈਏ ਦਾ ਕਰਜ਼ਾ ਪੰਜਾਬ ਸਿਰ ਹੈ, ਆਏ ਦਿਨ ਮਤਲਬ 3,000 ਕਰੋੜ ਰੁਪਈਏ ਦਾ ਮੀਟਰ ਆ ਜਿਹੜਾ ਉਹ ਪੰਜਾਬ ਸਰਕਾਰ ਦਾ ਘੁੰਮ ਰਿਹਾ। ਸੋ ਜਦੋਂ ਪੰਜਾਬ ਬੁਰੀ ਤਰ੍ਹਾਂ, ਸਨਅਤਾਂ ਨੇ ਜਿਹੜੀਆਂ ਇੱਥੋਂ ਭੱਜ ਗਈਆਂ ਨੇ, ਅਤੇ ਖੇਤੀਬਾੜੀ ਆ ਜਿਹੜੀ ਉਹਦਾ ਜਿਹੜਾ ਉਤਪਾਦਨ ਆ ਉਹਦੇ 'ਚ ਖੜੋਤ ਆ ਗਈ ਆ, ਅਤੇ ਰੁਜ਼ਗਾਰ ਦੇ ਮੌਕੇ ਨੇ ਉਹ ਪੈਦਾ ਨਹੀਂ ਹੋ ਰਹੇ, ਨੌਜਵਾਨ ਨੇ ਜਿਹੜੇ ਉਹ ਨਸ਼ੇੜੀ ਹੋ ਰਹੇ ਨੇ, ਮਤਲਬ ਪੰਜਾਬ ਹਰ ਖੇਤਰ ਦੇ ਵਿੱਚ ਤਬਾਹੀ ਵਾਲੇ ਪਾਸੇ ਤੁਰਿਆ ਹੋਇਆ। ਸੋ ਉਹਦਾ ਮੁੱਖ ਕਾਰਨ ਕੀ ਆ ਕਿ ਪੰਜਾਬ ਦੀ ਆਰਥਿਕ ਹਾਲਤ ਆ ਜਿਹੜੀ ਉਹ ਡਾਵਾਂਡੋਲ ਆ। ਸੋ ਇਸ ਕਾਰਨ ਪੰਜਾਬ ਨੂੰ ਇਸ ਵੇਲੇ ਸਭ ਤੋਂ ਵੱਡੀ ਲੋੜ ਆ ਕਿ ਜਿਹੜੇ ਵਿਦੇਸ਼ਾਂ ਦੀ ਧਰਤੀ 'ਤੇ ਬੈਠੇ ਅਮੀਰ ਪੰਜਾਬੀ ਨੇ, ਅਮੀਰ ਸਿੱਖ ਨੇ, ਜਿਹੜੇ ਪੰਜਾਬ ਦੇ ਵਿੱਚ ਪੈਸਾ ਲਾ ਕੇ ਇਹ ਪੰਜਾਬ ਦੇ ਵਿੱਚ ਸਨਅਤਾਂ ਖੜੀਆਂ ਕਰ ਸਕਦੇ ਨੇ, ਪੰਜਾਬ ਦੀ ਖੇਤੀਬਾੜੀ ਨੂੰ ਹੁਲਾਰਾ ਦੇ ਸਕਦੇ ਨੇ, ਪੰਜਾਬ 'ਚ ਰੁਜ਼ਗਾਰ ਦੇ ਮੌਕੇ ਪੈਦਾ ਕਰ ਸਕਦੇ ਨੇ, ਉਹਨਾਂ ਨੂੰ ਪੰਜਾਬ ਦੇ ਨਾਲ ਜੋੜਨਾ ਬੇਹੱਦ ਜ਼ਰੂਰੀ ਆ। ਜਦੋਂ ਤੱਕ ਅਸੀਂ ਉਹਨਾਂ ਦਾ ਪੈਸਾ ਹੈ ਜਿਹੜਾ ਉਹ ਪੰਜਾਬ 'ਚ ਨਹੀਂ ਲੈ ਕੇ ਆਉਂਦੇ, ਪੰਜਾਬ 'ਚ ਨਹੀਂ ਲਵਾਉਂਦੇ, ਉਦੋਂ ਤੱਕ ਪੰਜਾਬ ਦੀ ਆਰਥਿਕਤਾ ਜਿਹੜੀ ਇਹ ਆਪਣੇ ਪੈਰਾਂ 'ਤੇ ਖੜ੍ਹੀ ਨਹੀਂ ਹੋ ਸਕਦੀ, ਪੰਜਾਬ 'ਚ ਰੁਜ਼ਗਾਰ ਦੇ ਮੌਕੇ ਪੈਦਾ ਨਹੀਂ ਹੋ ਸਕਦੇ। ਸੋ ਜਿਹੜੀ ਸਰਕਾਰ ਉਹਨਾਂ ਤੋਂ ਦੂਰੀ ਬਣਾ ਰਹੀ ਹੈ, ਇਹਦਾ ਮਤਲਬ ਉਹ ਖੁਦ ਪੰਜਾਬ ਦੀ ਦੁਸ਼ਮਣ ਹੈ। ਕਿਉਂਕਿ ਪੰਜਾਬ ਦਾ ਇਸ ਵੇਲੇ ਜੇ ਕੋਈ ਮਤਲਬ ਠੁੰਮਣਾ ਬਣ ਸਕਦਾ ਵਾ, ਪੰਜਾਬ ਨੂੰ ਮਰਨ ਤੋਂ ਕੋਈ ਬਚਾ ਸਕਦਾ ਵਾ, ਤਾਂ ਉਹ ਵਿਦੇਸ਼ਾਂ 'ਚ ਬੈਠੇ ਜਿਹੜੇ ਪੰਜਾਬੀ ਨੇ ਉਹ ਪੰਜਾਬ ਦੇ ਵਿੱਚ ਪੈਸਾ ਲਾ ਕੇ ਇਹ ਕੰਮ ਕਰ ਸਕਦੇ ਨੇ। ਸੋ ਜੇ ਅਸੀਂ ਉਹਨਾਂ ਦੇ ਨਾਲ ਹੀ, ਜਿਨ੍ਹਾਂ ਨੇ ਸਾਨੂੰ ਆਕਸੀਜਨ ਲਾਉਣੀ ਆ, ਅਸੀਂ ਉਹਨਾਂ ਦੇ ਨਾਲ ਹੀ ਦੂਰੀ ਪੈਦਾ ਕਰ ਲਈ, ਤਾਂ ਪੰਜਾਬ ਦਾ ਮਰਨਾ ਹੈ ਜਿਹੜਾ ਉਹ ਨਿਸ਼ਚਿਤ ਹੈ, ਤੈਅ ਆ। ਸੋ ਜਿਹੜੇ ਸਵਾਲ ਤੁਸੀਂ ਕੀਤਾ ਕਿ ਬਿਲਕੁਲ ਇਹ ਬੇਹੱਦ ਮੰਦਭਾਗਾ ਵੀ ਆ ਅਤੇ ਦੁਖਦਾਈ ਵੀ ਆ ਕਿ ਪੰਜਾਬ ਸਰਕਾਰ ਨੂੰ ਕਿਸੇ ਵੀ ਕੀਮਤ 'ਤੇ NRI ਦੇ ਨਾਲ ਜਿਹੜੀ ਦੂਰੀ ਆ ਉਹਨੂੰ ਵਧਾਉਣਾ ਨਹੀਂ ਚਾਹੀਦਾ, ਉਹਨੂੰ ਹਰ ਹਿੱਲੇ ਘਟਾ ਕੇ ਅਤੇ ਉਹਨਾਂ ਨੂੰ ਆਪਣੇ ਭਰੋਸੇ 'ਚ ਲੈਣ ਦਾ ਯਤਨ ਆ ਜਿਹੜਾ ਕਰਨਾ ਚਾਹੀਦਾ। ਸੋ ਪੰਜਾਬ ਨੂੰ ਬਚਾਉਣ ਦਾ ਇਸ ਤੋਂ ਇਲਾਵਾ ਹੋਰ ਕੋਈ ਵੀ ਰਾਹ ਜਿਹੜਾ ਮੈਨੂੰ ਨਹੀਂ ਦਿਖਾਈ ਦੇ ਰਿਹਾ। 2017 'ਚ ਜਿਹੜੀ ਵੀ ਕੋਈ ਨਵੀਂ ਸਰਕਾਰ ਆਉਂਦੀ ਆ, ਉਹਦੀ ਸਭ ਤੋਂ ਪਹਿਲੀ ਪਹਿਲ ਆ ਜਿਹੜੀ ਇਹ ਜ਼ਰੂਰ ਹੋਣੀ ਚਾਹੀਦੀ ਆ ਕਿ ਉਹ ਜਿਹੜਾ NRI ਦੇ ਨਾਲ ਬਾਦਲਾਂ ਨੇ ਦੂਰੀ ਪੈਦਾ ਕਰ ਦਿੱਤੀ ਆ, ਉਸ ਦੂਰੀ ਨੂੰ ਖਤਮ ਕਰਕੇ ਉਹਨਾਂ ਨੂੰ ਮੁੜ ਕੇ ਪੰਜਾਬ ਦੀ ਧਰਤੀ ਨਾਲ, ਪੰਜਾਬ ਦੇ ਹਾਲਾਤਾਂ ਨਾਲ, ਪੰਜਾਬ ਦੀ ਸਨਅਤ ਨਾਲ, ਪੰਜਾਬ ਦੀ ਆਰਥਿਕਤਾ ਨਾਲ ਜੋੜਨ ਦਾ ਜਿੰਨੇ ਵੀ ਉਪਰਾਲੇ ਹੋ ਸਕਦੇ ਨੇ ਉਹ ਕੀਤੇ ਜਾਣ। ਦੂਸਰੇ ਪਾਸੇ ਮੰਤਰੀ ਮਲੂਕਾ ਦੀ ਨੌਂ ਪਰਮਪਾਲ ਕੌਰ ਨੂੰ IAS ਵਜੋਂ ਨਿਯੁਕਤ ਕੀਤਾ ਗਿਆ ਹੈ, ਜਦਕਿ ਉਸ ਤੋਂ ਕਈ ਸੀਨੀਅਰ ਆਗੂ ਲਾਈਨ 'ਚ ਹੀ ਖੜੇ ਰਹਿ ਗਏ। ਅੰਨਾ ਮੰਡੇ ਸੀਰ ਨਹੀਂ ਮੁੜਕੁੜ ਘਰਦਿਆਂ ਨੂੰ, ਹਾਂਜੀ ਪੰਜਾਬੀ ਦੀ ਕਹਾਵਤ ਹੈ। ਅਤੇ ਮਲੂਕਾ ਸਾਹਿਬ ਦੀ ਬਾਰੇ ਜੇ ਅਸੀਂ ਗੱਲ ਕਰੀਏ ਕਿ ਸੁਖਬੀਰ ਬਾਦਲ ਨੇ ਪਹਿਲੀ ਬੜਕ ਮਾਰੀ ਸੀ ਇਹ ਜਿਹੜਾ ਵਰਤਮਾਨ ਸਿੱਖ ਸੰਘਰਸ਼ ਚੱਲਿਆ ਉਹਦੇ ਵਿਰੋਧ 'ਚ ਕਿ ਅਸੀਂ ਵਿਰੋਧੀਆਂ ਨੂੰ ਖੰਗਣ ਨਹੀਂ ਦੇਵਾਂਗੇ, ਅਤੇ ਸੁਖਬੀਰ ਬਾਦਲ ਦੀ ਬੜਕ ਦੇ ਪਿੱਛੇ ਜੇ ਕੋਈ ਬੋਲਿਆ ਸੀ ਸਿਰਫ ਇੱਕੋ ਵਿਅਕਤੀ ਸੀ, ਉਹ ਮਲੂਕਾ ਸੀ ਜਿਹਨੇ ਅਕਾਲੀ ਦੁਆਲੀ ਦਾ ਵਿਰੋਧ ਕੀਤਾ, ਅਤੇ ਜਿਹਨੇ ਮਤਲਬ ਉਸ ਤੋਂ ਬਾਅਦ ਉਹ ਬਜ਼ੁਰਗ ਜਰਨੈਲ ਸਿੰਘ ਜਿਹਨੇ ਉਹਦੇ ਥੱਪੜ ਵੀ ਮਾਰੇ ਉਹਨੂੰ ਜਿਸ ਤਰ੍ਹਾਂ ਬੁਰੀ ਤਰ੍ਹਾਂ ਕੁੱਟਿਆ ਮਾਰਿਆ, ਅਤੇ ਮਲੂਕਾ ਜਿਸ ਤਰ੍ਹਾਂ ਆਪਣੇ ਬਦਮਾਸ਼ਾਂ ਦੀ ਟੋਲੀ ਨਾਲ ਲੈ ਕੇ ਬਠਿੰਡੇ ਦੀ 23 ਦੀ ਰੈਲੀ ਰਹੀ, ਪਿੰਡ ਪਿੰਡ ਜਾ ਕੇ ਘੁੰਮਿਆ, ਮਤਲਬ ਲਾਮਬੰਦ ਕਹਿੰਦਾ ਉਹਨਾਂ ਲੋਕਾਂ ਨੂੰ ਜਿਹੜੇ ਅਕਾਲੀ ਬਾਦਲ ਕੇ ਜਿਹੜੇ ਖੁੱਡਾਂ 'ਚ ਵੜੇ ਹੋਏ ਸੀ। ਸੋ ਸੁਖਬੀਰ ਬਾਦਲ ਨੇ ਮਲੂਕੇ ਨੂੰ
ਉਹਦੀ ਕੀਤੀ ਗਈ ਗੁੰਡਾਗਰਦੀ ਦਾ ਇਨਾਮ ਦਿੱਤਾ ਕਿ ਉਹਦੀ ਨੂੰਹ ਨੂੰ ਉਹਦੇ ਤੋਂ 7 ਜਿਹੜੇ ਸੀਨੀਅਰ ਅਧਿਕਾਰੀ ਸੀ ਉਹਨਾਂ ਨੂੰ ਅੱਖੋਂ ਪਰੋਖੇ ਕਰਕੇ ਉਹਦੀ ਨੂੰਹ ਨੂੰ ਬਤੌਰ IAS ਪਦੋਨਤ ਕੀਤਾ ਗਿਆ, ਉਹਨੂੰ IAS ਦੀ ਤਰੱਕੀ ਦਿੱਤੀ ਗਈ ਹੈ। ਹਾਲਾਂਕਿ ਦੂਸਰੇ ਪਾਸੇ ਇਹਦੇ ਵਿੱਚ ਹੀ ਅਸੀਂ ਦੇਖ ਸਕਦੇ ਹਾਂ ਭਾਵੇਂ ਕਿ ਸਾਡੇ ਸਾਹਮਣੇ ਇਹ ਹੈ ਕਿ ਇਹ ਸਾਰਾ ਕੁਛ ਆਪਣੇ ਪਰਿਵਾਰਾਂ ਲਈ ਹੁੰਦਾ ਇਹਨਾਂ ਦਾ, ਬਾਦਲ ਆਪਣੇ ਪਰਿਵਾਰ ਲਈ ਜਾਂ ਮਲੂਕਾ ਆਪਣੇ ਪਰਿਵਾਰ ਲਈ ਆ, ਅਤੇ ਉੱਧਰ ਉਹ ਚੰਦੂ ਮਾਜਰੇ ਦੇ ਅੱਜ ਸਾਡੇ ਸਾਹਮਣੇ ਆ ਬਿਆਨ ਕਿ ਉਹ ਜਿਹੜਾ ਉਹਦਾ ਮੁੰਡਾ ਹੈ ਉਹਨੂੰ ਉਹਨਾਂ ਨੇ ਉਹ ਮੋਹਾਲੀ ਦਾ ਹਲਕਾ ਇੰਚਾਰਜ ਲਾਤਾ, ਬੇਅੰਤ ਸਿੰਘ ਰਾਮੂ ਵਾਲਾ ਗਿਆ ਉਹਦੀ ਜਗ੍ਹਾ ਚੰਦੂ ਮਾਜਰੇ ਨੇ ਆਪਦੇ ਮੁੰਡੇ ਨੂੰ ਲਾਤਾ। ਦੂਸਰੇ ਪਾਸੇ ਇਹ ਇਸ ਦੇ ਵਿੱਚ ਇੱਕ ਹੋਰ ਵੱਡੀ ਗੱਲ ਆ ਸਾਡੇ ਸਾਹਮਣੇ ਕਿ ਜਿਹੜੇ 10 ਵਿਅਕਤੀ ਸ਼ਾਰਟ ਲਿਸਟਡ ਕੀਤੇ ਗਏ ਸੀ, ਕਿਹਾ 10 ਅਫਸਰ ਨੇ ਜਿਹੜੇ ਇਹਨਾਂ ਦੇ ਵਿੱਚੋਂ, ਕਿਉਂਕਿ 2 ਪੋਸਟਾਂ ਸੀ ਜਿਹੜੀਆਂ IAS ਵਜੋਂ ਪਦੋਨਤ ਦੀਆਂ ਖਾਲੀ ਸੀ, ਸੋ ਉਹ 10 ਵਿਅਕਤੀਆਂ ਦੀ ਜਿਹੜੀ ਸੂਚੀ ਅਫਸਰਾਂ ਦੀ ਜਿਹੜੀ ਸੂਚੀ ਬਣੀ ਸੀ ਉਹਦੇ ਵਿੱਚ ਇੱਕ ਜਿਹੜਾ ਸਾਬਕਾ ਸਪੀਕਰ ਆ ਨਿਰਮਲ ਸਿੰਘ ਕਾਹਲੋਂ ਉਹਦਾ ਮੁੰਡਾ ਜਿਹੜਾ ਉਹ ਵੀ ਉਹਦੇ ਵਿੱਚ ਸੀ ਸ਼ਾਮਿਲ ਸੀ ਕਿ ਉਹਨੂੰ ਵੀ IAS ਵਜੋਂ ਪਦੋਨਤ ਕਰਨ ਦੇ ਲਈ ਕਤਾਰ 'ਚ ਖੜਾ ਸੀ। ਪਰੰਤੂ ਨਿਰਮਲ ਸਿੰਘ ਕਾਹਲੋਂ ਆ ਜਿਹੜਾ ਜੇ ਅਸੀਂ ਰਾਜਨੀਤਿਕ ਤੌਰ 'ਤੇ ਦੇਖੀਏ ਉਹ ਵੱਡੇ ਬਾਦਲ ਦੇ ਨੇੜੇ ਆ, ਅਤੇ ਸਿਕੰਦਰ ਸਿੰਘ ਮਲੂਕਾ ਜਿਹੜਾ ਇਹ ਸੁਖਬੀਰ ਬਾਦਲ ਦਾ ਲੈਫਟੈਂਟ ਆ। ਸੋ ਬੜੀ ਮਤਲਬ ਇਹ ਗੱਲ ਉੱਭਰ ਕੇ ਸਾਹਮਣੇ ਆਈ ਆ ਕਿ ਜੇ ਅੱਜ ਪੰਜਾਬ ਦੇ ਵਿੱਚ ਕਿਸੇ ਦੀ ਚੱਲਦੀ ਆ, ਸਰਕਾਰ 'ਚ ਕਿਸੇ ਦੀ ਚੱਲਦੀ ਆ, ਅਤੇ ਉਹ ਸੁਖਬੀਰ ਬਾਦਲ ਆ, ਪ੍ਰਕਾਸ਼ ਸਿੰਘ ਬਾਦਲ ਨਹੀਂ। ਹਾਂਜੀ, ਜੋ ਸੁਖਬੀਰ ਬਾਦਲ ਚਾਹੁੰਦਾ ਉਹੀ ਕੁਛ ਹੁੰਦਾ। ਸੋ ਸਿਕੰਦਰ ਸਿੰਘ ਮਲੂਕਾ ਦੀ ਜਿਹੜੀ ਇਹ ਨੂੰਹ ਆ ਪਰਮਪਾਲ ਕੌਰ, ਇਹ ਇਸ ਤੋਂ ਪਹਿਲਾਂ 2 ਵਾਰ ਮਤਲਬ ਇਹਨੂੰ ਮਤਲਬ ਉਹਨਾਂ ਨੇ ਰਿਜੈਕਟ ਕੀਤਾ IAS ਵਜੋਂ, ਕਿਉਂਕਿ IAS ਉਸ ਅਫਸਰ ਨੂੰ ਬਣਾਇਆ ਜਾਂਦਾ ਜਿਹੜਾ ਘੱਟੋ ਘੱਟ ਉਹਨੇ ਕਿਸੇ ਵੀ ਡਿਪਾਰਟਮੈਂਟ ਵਿੱਚ ਬਤੌਰ ਹੈੱਡ, ਉਸ ਦਾ ਹੈੱਡ ਆਫ ਦਾ ਡਿਪਾਰਟਮੈਂਟ ਕੰਮ ਕੀਤਾ ਹੋਵੇ। ਸੋ ਉਸਦਾ ਤਜਰਬਾ ਦੂਸਰਿਆਂ ਦੇ ਨਾਲੋਂ ਸੀਨੀਅਰ, ਉਹਦੀ ਸੀਨੀਓਰਟੀ ਹੋਵੇ। ਸੋ ਇਹ ਜਿਹੜੀ ਮੈਂ ਗੱਲ ਕੀਤੀ ਆ ਕਿ 7 ਜਿਹੜੇ ਇਸ ਤੋਂ ਸੀਨੀਅਰ ਅਫਸਰ ਸੀਗੇ ਉਹਨਾਂ ਨੂੰ ਪਰੇ ਕਰਕੇ ਇਸ ਬੀਬੀ ਨੂੰ ਉਹਨਾਂ ਨੇ ਪਦੋਨਤ ਕੀਤਾ, ਮਤਲਬ ਬਿਲਕੁਲ ਸਾਫ਼ ਗੱਲ ਹੋ ਗਈ ਕਿ ਇਹ ਜਿਹੜੀ ਮਤਲਬ ਤਰੱਕੀ ਹੋਈ ਆ ਇਹ ਮਲੂਕੇ ਵੱਲੋਂ ਸੁਖਬੀਰ ਬਾਦਲ ਦੀ ਗੁੰਡਾਗਰਦੀ ਦਾ ਝੰਡਾ ਚੁੱਕਣ ਦੇ ਕਾਰਨ ਉਹਦੀ ਨੂੰਹ ਨੂੰ ਜਿਹੜੀ ਇਹ ਪਦੋਨਤ ਕੀਤਾ ਗਿਆ। ਸੋ ਸੁਖਬੀਰ ਸਿੰਘ ਬਾਦਲ ਵੱਲੋਂ ਮਲੂਕੇ ਨੂੰ ਰੂੰਗਾ ਦਿੱਤਾ ਗਿਆ, ਇਹਨੂੰ ਇਨਾਮ ਮੰਨ ਲਓ, ਰੂੰਗਾ ਮੰਨ ਲਓ, ਜੋ ਕੁਝ ਮਰਜ਼ੀ ਮੰਨ ਲਓ, ਮਤਲਬ ਇਹ ਸਿਰਫ ਅਤੇ ਸਿਰਫ ਜਿਹੜੀ ਇਹ ਨਿਯੁਕਤੀ ਮਤਲਬ ਪਦੋਨਤੀ ਹੋਈ ਆ, ਜਿਹੜੀ ਤਰੱਕੀ ਹੋਈ ਆ, ਇਹ ਸਿਰਫ ਅਤੇ ਸਿਰਫ ਜਿਹੜੀ ਸਿਆਸੀ ਤੌਰ 'ਤੇ ਹੋਈ ਆ। ਇਹ ਦੇਖੋ ਕਿ ਇੱਕ ਦਿਨ ਪਹਿਲਾਂ ਚਲੋ ਸਰਕਾਰਾਂ ਕੀ ਕਰਦੀਆਂ ਨੇ, ਇੱਕ ਦਿਨ ਪਹਿਲਾਂ ਉਹਨੂੰ ਡਿਪਟੀ ਡਾਇਰੈਕਟਰ ਵਜੋਂ ਪ੍ਰਮੋਟ ਕੀਤਾ ਜਾਂਦਾ, ਅਗਲੇ ਦਿਨ ਉਹ ਜੁਆਇਨ ਕਰ ਲੈਂਦੀ ਆ, ਅਤੇ ਅਗਲੇ ਦਿਨ ਉਹਨੂੰ ਤਰੱਕੀ ਦੇ ਦਿੱਤੀ ਆ। ਉਹ ਮਤਲਬ ਜਿਹੜੀਆਂ ਫਾਰਮੈਲਿਟੀਆਂ ਨੇ ਉਹਨਾਂ ਨੂੰ ਸਰਕਾਰ ਕਿਵੇਂ ਮਤਲਬ ਲੰਘ ਕੇ, ਸਾਰਾ ਕੁਝ ਲੰਘ ਕੇ ਉਹਨਾਂ ਨੂੰ ਪੂਰਾ ਕਰਦੀ ਆ। ਸੋ ਜਿਹੜੀ ਅਸੀਂ ਗੱਲ ਵਾਰ ਵਾਰ ਕਰ ਰਹੇ ਹਾਂ ਕਿ ਪੰਜਾਬ 'ਚ ਇਸ ਵੇਲੇ ਜੋ ਕੁਝ ਸੁਖਬੀਰ ਸਿੰਘ ਬਾਦਲ ਦੇ ਮੂੰਹ ਦੇ ਵਿੱਚੋਂ ਨਿਕਲ ਜਾਂਦਾ ਉਹ ਇੱਥੋਂ ਦਾ ਕਾਨੂੰਨ ਬਣ ਜਾਂਦਾ, ਤੋ ਇਹ ਗੱਲ ਇੱਕ ਵਾਰ ਫਿਰ ਸਾਹਮਣੇ ਸਾਡੇ ਆਈ ਆ ਉੱਭਰ ਕੇ ਕਿ ਪੰਜਾਬ ਦੇ ਵਿੱਚ ਇਸ ਵੇਲੇ ਸੁਖਬੀਰ ਸਿੰਘ ਬਾਦਲ ਚਾਹੇ ਕਾਨੂੰਨ ਨੂੰ ਤੋੜ ਦੇਵੇ, ਚਾਹੇ ਨਿਯਮਾਂ ਨੂੰ ਤੋੜ ਦੇਵੇ, ਚਾਹੇ ਜਿਹੜੀਆਂ ਅਸੀਂ ਗੱਲ ਕਰ ਰਹੇ ਹਾਂ ਕਿ ਜਿਹੜੀਆਂ ਪਰੰਪਰਾਵਾਂ ਨੇ ਉਹਨਾਂ ਨੂੰ ਤੋੜ ਦੇਵੇ, ਕਿਸੇ ਗੱਲ ਦੀ ਕੋਈ ਪਰਵਾਹ ਨਹੀਂ, ਅਤੇ ਜੋ ਕੁਝ ਉਹ ਕਹਿੰਦਾ ਉਹੀ ਕੁਝ ਪੰਜਾਬ ਦੇ ਵਿੱਚ ਹੁੰਦਾ। ਦਿੱਲੀ ਦੇ ਵਿੱਚ ਵਿਧਾਇਕਾਂ ਦੀ ਤਨਖਾਹ 4 ਗੁਣਾ ਵਧਾ ਦਿੱਤੀ ਹੈ, ਆਪ ਪਾਰਟੀ ਵੱਲੋਂ ਅਜਿਹਾ ਕਰਕੇ ਆਮ ਆਦਮੀ ਦੇ ਭਰੋਸੇ ਨੂੰ ਨਹੀਂ ਤੋੜਿਆ ਗਿਆ? ਦੇਖੋ ਵੀਰ, ਬਿਲਕੁਲ ਗੱਲ ਤੁਹਾਡੀ ਸਹੀ ਹੈ ਕਿ ਆਮ ਆਦਮੀ ਪਾਰਟੀ ਤੋਂ ਆਮ ਲੋਕ ਨੇ ਜਿਹੜੇ ਉਹ ਇਸ ਗੱਲ ਦੀ ਉਮੀਦ ਕਰਦੇ ਨੇ ਕਿ ਜੋ ਕੁਝ ਉਹਨਾਂ ਨਾਲ ਹੁੰਦਾ ਉਹੀ ਕੁਝ ਜਿਹੜੇ ਉਹਨਾਂ ਦੇ ਆਗੂ ਆ ਉਹ ਸਾਰਾ ਕੁਝ ਜਿਹੜਾ ਮਤਲਬ ਇੱਕੋ ਜਿਹਾ ਹੋਵੇ,
ਕਿ ਜੇ ਆਪ ਵਾਲੇ ਇਹ ਗੱਲ ਮਹਿਸੂਸ ਕਰਦੇ ਸੀ ਕਿ MLA ਦੀ ਤਨਖਾਹ ਜਿਹੜੀ ਵਿਧਾਇਕ ਦੀ ਤਨਖਾਹ ਇਹ ਵਧਾਉਣੀ ਚਾਹੀਦੀ ਆ, ਤਾਂ ਫਿਰ ਮਤਲਬ ਲੋਕ ਇਸ ਗੱਲ ਦੀ ਉਮੀਦ ਕਰਦੇ ਸੀ ਕਿ ਜੇ ਉਹ MLA ਦੀ 4 ਗੁਣਾ ਤਨਖਾਹ ਵਧਾਈ ਆ ਤਾਂ ਜਿੰਨੇ ਦਿੱਲੀ ਦੇ ਵਿੱਚ ਮੁਲਾਜ਼ਮ ਕੰਮ ਕਰਦੇ ਨੇ ਸਰਕਾਰ ਦੇ, ਸਰਕਾਰੀ ਮੁਲਾਜ਼ਮ ਨੇ, ਉਹਨਾਂ ਦੀ ਵੀ 4 ਗੁਣਾ ਤਨਖਾਹ ਵਧਾਈ ਜਾਂਦੀ, ਜਿਹੜੀ ਕਿ ਸੰਭਵ ਨਹੀਂ। ਕੋਈ ਦਿੱਲੀ ਕੋਲ, ਦਿੱਲੀ ਸਰਕਾਰ ਕੋਲ ਇੰਨਾ ਖਜ਼ਾਨਾ ਹੀ ਨਹੀਂ ਕਿ ਜੇ ਉਹ 4 ਗੁਣਾ ਤਨਖਾਹ ਆਪਣੇ ਮੁਲਾਜ਼ਮਾਂ ਦੀ ਵਧਾ ਦੇਵੇ ਅਤੇ ਉਹ ਇਕੱਲੀ ਤਨਖਾਹ ਹੀ ਦੇ ਸਕੇ। ਸੋ ਇਸ ਕਾਰਨ ਕਿ ਜਿਹੜੀ ਗੱਲ ਅਸੀਂ ਕਹਿੰਦੇ ਹਾਂ ਕਿ ਆਮ ਆਦਮੀ ਪਾਰਟੀ ਦਾ ਜਿਹੜਾ ਨਾਰਾ ਸੀ ਕਿ ਇਹ ਆਮ ਲੋਕਾਂ ਦੀ ਪਾਰਟੀ ਆ, ਆਮ ਲੋਕਾਂ ਵਾਂਗੂ ਵਿਚਰੂਗੀ, ਆਮ ਲੋਕਾਂ ਵਾਂਗੂ ਹੀ ਰਹੂਗੀ, ਆਮ ਲੋਕਾਂ ਵਾਲੀਆਂ ਸੁੱਖ ਸਹੂਲਤਾਂ ਨੇ ਜਿਹੜੀਆਂ ਇਹਨਾਂ ਕੋਲ ਹੋਣਗੀਆਂ ਜਿਹੜੀਆਂ ਆਮ ਲੋਕਾਂ ਕੋਲ ਹੋਣਗੀਆਂ। ਸੋ ਉਸ ਨਾਰੇ ਨੂੰ, ਉਸ ਵਾਅਦੇ ਨੂੰ ਅਲੱਗ ਕੇ ਜਿਸ ਤਰ੍ਹਾਂ ਮਤਲਬ ਵਿਧਾਇਕਾਂ ਦੀ MLA ਦੀ ਤਨਖਾਹ ਵਧਾਈ ਗਈ ਆ 2,35,000 ਰੁਪਇਆ ਅਨੁਮਾਨ ਕੀਤਾ ਜਾ ਰਿਹਾ ਕਿ ਦਿੱਲੀ ਦੇ ਇੱਕ MLA ਨੂੰ ਹਰ ਮਹੀਨੇ 2,35,000 ਰੁਪਇਆ ਮਿਲੂਗਾ, ਜਿੰਨੀ ਕਿ ਪ੍ਰਧਾਨ ਮੰਤਰੀ ਦੀ ਵੀ ਤਨਖਾਹ ਨਹੀਂ, ਉਸ ਤੋਂ ਵੀ ਇਹ ਅੱਗੇ ਚਲੇ ਗਏ ਨੇ। ਸੋ ਇਸ ਗੱਲ ਦਾ ਮਤਲਬ ਲੋਕ ਮਨਾਂ ਨੂੰ ਇਸ ਗੱਲ ਦੀ ਠੇਸ ਲੱਗੀ ਹੈ, ਇਸ ਗੱਲ ਦਾ ਇਹਨਾਂ ਨੂੰ ਧਿਆਨ ਰੱਖਣਾ ਚਾਹੀਦਾ ਕਿ ਆਮ ਆਦਮੀ ਪਾਰਟੀ ਨੂੰ ਜੇ ਲੋਕਾਂ ਨੇ ਸਮਰਥਨ ਦਿੱਤਾ ਤਾਂ ਉਹਦੇ ਪਿੱਛੇ ਕਾਰਨ ਕੀ ਸੀ ਕਿ ਉਹਨਾਂ ਨੇ ਇਹ ਸਮਝ ਕੇ ਕਿ ਇਹ ਸਾਡੇ ਵਰਗੇ ਨੇ ਅਤੇ ਸਾਡੇ ਵਾਂਗੂ ਹੀ ਰਹਿਣਗੇ। ਸੋ ਇਹਨਾਂ ਨੂੰ ਉਸ ਗੱਲ ਦਾ, ਜਿਹੜੀਆਂ ਲੋਕ ਭਾਵਨਾਵਾਂ ਨੇ, ਜਿਹੜਾ ਉਹਨਾਂ ਦਾ ਖਿਆਲ ਰੱਖਣਾ ਚਾਹੀਦਾ ਅਤੇ ਲੋਕਾਂ ਵਾਂਗੂ ਹੀ ਵਿਚਰਨਾ ਚਾਹੀਦਾ, ਜਿਹੜੀਆਂ ਸਹੂਲਤਾਂ ਲੋਕਾਂ ਨੂੰ ਦੇਣੀਆਂ ਉਹੀ ਸਹੂਲਤਾਂ ਆਪ ਲੈਣ, ਜਿਹੜੀਆਂ ਸਹੂਲਤਾਂ ਆਪ ਨੂੰ ਲੈਣੀਆਂ ਉਹੀ ਲੋਕਾਂ ਨੂੰ ਦੇਣ, ਫਿਰ ਤਾਂ ਆਮ ਆਦਮੀ ਪਾਰਟੀ ਨੂੰ ਆਮ ਆਦਮੀ ਪਾਰਟੀ ਦੀ ਪਾਰਟੀ ਕਿਹਾ ਜਾ ਸਕਦਾ। ਅਤੇ ਜੇ ਇਹਨਾਂ ਨੇ ਉਹ ਜਿਹੜੀ ਆਪਾਂ ਅਕਾਲੀਆਂ ਲਈ ਕਹਾਵਤ ਵਰਤੀ ਆ ਕਿ ਇਹਨਾਂ ਵੱਡੇ ਸੀਰ ਨਹੀਂ ਘਰਦਿਆਂ ਨੂੰ ਹੀ ਦੇਣੀ ਆ, ਸੋ ਤਨਖਾਹਾਂ ਵਧਾਉਣੀਆਂ ਤਾਂ ਆਪਣੇ MLA ਦੀਆਂ ਵਧਾਉਣੀਆਂ, ਹੋਰ ਕਿਸੇ ਵਾਲੇ ਨਹੀਂ ਚੱਕਣਾ, ਫਿਰ ਅਕਾਲੀਆਂ ਅਤੇ ਆਪ ਦੇ ਵਿੱਚ ਕੀ ਫਰਕ ਰਹਿ ਗਿਆ ਜਾਂ ਦੂਸਰੀਆਂ ਪਾਰਟੀਆਂ ਦੇ ਵਿੱਚ ਕੀ ਫਰਕ ਰਹਿ ਗਿਆ, ਉਹ ਸਾਰਿਆਂ ਦੇ ਸਾਹਮਣੇ ਆ। ਸੋ ਇਹ ਸੀ ਸਾਡਾ ਅੱਜ ਦਾ ਮੁੱਦਾ ਪ੍ਰੋਗਰਾਮ, ਕੱਲ੍ਹ ਨਵੇਂ ਮੁੱਦੇ ਦੇ ਨਾਲ ਤੁਹਾਡੇ ਲਈ ਫੇਰ ਹਾਜ਼ਰ ਹੋਵਾਂਗੇ। ਸਾਨੂੰ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।